ਇੱਕ ਤੁਸੀਂ ਬਾਜਾ ਭੰਨਿਆ ਤੇ ਅੱਜ ਅਗਲੇ ਪ੍ਰੋਗਰਾਮਾਂ ਚ ਉਹ 17ਵੇਂ ਪ੍ਰਸਿੱਧ ਕੜੇ ਪ੍ਰਸਿੱਧ ਉਹ ਠੀਕ ਹੈ ਜੀ ਉਹ ਸ਼ੇਰ ਹੀ ਪੁੱਠੇ ਆਖੜੇ ਤਾਂ ਪੁੱਠੇ ਪਸ ਵੀ ਯਾਦ ਰੱਖਿਆ ਜਾਂ ਬੰਦਾ ਬਹੁਤ ਚੰਗੇ ਕੰਮ ਕਰਿਆ ਤਾਂ ਉਸਦਾ ਨਾਮ ਮਸ਼ਹੂਰ ਹੋਣਾ ਤੇ ਜਾਂ ਬਹੁਤ ਭੈਣੇ ਕਹਿਣਾ ਤਾਂ ਮਸ਼ਹੂਰ ਹੋਣਾ ਤੁਸਾਂ ਨੇ ਸ਼ਾਗਿਰਦਾਂ ਨਾਲ ਬੜਾ ਰੋਲਾ ਅੱਜ ਕੱਲ੍ਹ ਜੀ ਜੀ ਇੱਕ ਸ਼ਾਗਿਰਦਾਂ ਸਨ ਨੇ ਵੀਡੀਓ ਪਾਈ ਠੀਕ ਹੈ ਉਸ ਕੀ ਪਬਲਿਕ ਕਿੰਨਾ ਪਸੰਦ ਕੀਤਾ ਜਾਂ ਤਾਂ ਯੂਕੇ ਨਾ ਆਇਆ ਚਾਤ ਫਤਿਹ ਅਲੀ ਖਾਨ ਤਾਂ ਜਾਂ ਇੱਕ ਤੁਸਾਂ ਨਵਾਂ ਸ਼ਾਗਿਰਦ ਆ ਬਾਜਾ ਪਾਨਿਸ਼ ਰਖਵਾਨ ਇਹ ਉਸਦਾ ਨਾਂ ਜੀ ਜ਼ੈਦ ਮੁਗਲ ਬਿਲਕੁਲ ਬਿਲਕੁਲ ਜੀ ਉਹ ਆਇਆ ਤਾਂ ਇਕਦਮ ਛਾਈ ਗਿਆ ਰਾਜ ਸਰ ਕਿਤਨੀ ਮੈਂ ਜਨਾਬ ਉਸ ਨੇ ਪੂਰੀ ਤਰ੍ਹਾਂ ਖੁਸ਼ ਹਾਂ ਇੱਕ ਤੁਸੀਂ ਬਾਜਾ ਭੰਨਿਆ ਤੇ ਅੱਜ ਅਗਲੇ ਪ੍ਰੋਗਰਾਮਾਂ 'ਚ ਉਹ 17ਵੇਂ ਪ੍ਰਸਿੱਧ ਕੜੇ ਪਰਸੀ ਰਾਜੀ ਉਸ ਆਖਿਆ ਕਿ ਮੈਂ ਹਮੇਸ਼ਾ ਇੱਕ ਉਸਤਾਦ ਰੋਈ ਛੋੜੀ ਬਾਕੀ ਕੋਸ਼ਿਸ਼ ਕਰਾਂ ਸਾਰਿਆਂ ਸ਼ਰਖਾਨਾ ਸੱਜਾ ਬੋ ਅਗਰ ਕੋਈ ਸ਼ਰਖਾਨ ਮੇਰੀ ਖੱਬਾ ਬਾਲ ਸੀ ਫਿਰ ਮਾੜੀ ਕੋਈ ਜ਼ਿੰਮੇਵਾਰੀ ਨਹੀਂ ਕਿ ਮੈਂ ਸ਼ੇਰ ਪੁੱਠੇ ਪਸੂ ਕਰਦਾ ਸਾਂ ਜੇ ਸੱਜਾ ਬਾਲ ਸਨ ਸਿੱਧੇ ਪਾਸੇ ਤੇ ਖੱਬੇ ਪਾਸੇ ਪੁੱਠੇ ਪਸੂ ਸ਼ੇਰ ਨਹੀਂ ਉਹ ਠੀਕ ਹੈ ਜੀ ਉਹ ਸ਼ੇਰ ਹੀ ਪੁੱਠੇ ਆਖੜੇ ਤਾਂ ਪੁੱਠੇ ਪਸੂ ਕਰ ਰਾਜ ਵੈਸੇ ਤਾਂ ਕੁਛ ਗਿਰ ਤਾਂ ਸਾਨੂੰ ਬੜੇ ਆਏ ਲੇਕਿਨ ਇਸ ਗਿੱਧਾ ਸਾਨੂੰ ਇੱਕਦਮ ਨਾਂ ਰੋਸ਼ਨ ਕੀਤਾ ਕਸਬੇ ਯਕੀਨ ਇਸਾ ਦਮ ਕਰ ਛੋੜੀਆਂ ਵਾਹ ਚਲੋ ਰਾਜ ਸ਼ੁਰੂ ਲੈ ਗਿਆ ਇਹ ਯਕੀਨ ਕਰੋ ਮੈਂ ਉਸ ਕੀ ਦੱਸਿਆ ਜਿਹੜੇ ਤੂੰ ਸੁਣਾ ਲਈਆਂ ਨਾ ਇਹ ਦੂਸਰੋ ਦੀ ਕਮਰਾ ਤੜਫੜੋ ਸੀ ਰਾਜ ਜੀ ਵੈਸੇ ਉਸ ਇਹ ਸੁਣ ਤਾਂ ਕੁਛ ਗਿਰ ਤੁਸਾਂ ਮਾਸ਼ਾਅੱਲਾ ਬਹੁਤ ਸਾਰੇ ਅੱਲਾਹ ਪਾਕ ਸਾਰਿਆਂ ਕੀ ਸਿਹਤ ਜ਼ਿੰਦਗੀ ਦੇ ਬੜਾ ਉਹਨਾਂ ਇੰਨੀ ਮਿਹਨਤ ਹੈ ਲੇਕਿਨ ਇਸ ਸ਼ਗੀਦਾ ਨੇ ਘੱਟ ਮਿਹਨਤ ਵਿੱਚ ਤਾਂ ਨਾ ਇਸ ਨਾਬੂ ਰੋਸ਼ਨ ਤਾਂ ਕੋਈ ਸੋਸ਼ਲ ਮੀਡੀਆ ਦਾ ਦੌਰ ਹੈ ਨਾ ਰਾਜ ਜੀ ਉਸ ਕੀ ਲੋਕਾਂ ਪਸੰਦ ਕੀਤਾ ਯਾਨੀ ਜੀ ਉਹ ਵੀ ਗੱਲਾਂ ਫਿਰ ਬਣੇ ਪਏ ਸਰ ਇੱਕ ਯਾਦ ਰੱਖਿਆ ਜਾਂ ਬੰਦਾ ਬਹੁਤ ਚੰਗੇ ਕੰਮ ਕਰਿਆ ਤਾਂ ਉਸਦਾ ਨਾਮ ਮਸ਼ਹੂਰ ਹੋਣਾ ਅਤੇ ਜਾਂ ਬਹੁਤ ਭੈੜੇ ਕਰਿਆ ਤਾਂ ਮਸ਼ਹੂਰ ਹੋਣਾ ਲੇਕਿਨ ਪਬਲਿਕ ਤਾਂ ਪਸੰਦ ਕੀਤਾ ਰਾਜ ਜੀ ਉਸ ਕੀ ਕਿਆ ਬਾਤ ਹੈ ਤਾਂ ਮੰਨਣਾ ਉਹ ਪਬਲਿਕ ਅਸਾਂ ਤਾਂ ਖੁਸ਼ ਹਾਂ ਜੀ ਉਸ ਚੰਗੀ ਸ਼ਰਖਾਨੀ ਕੀਤੀ ਥੋੜ੍ਹੇ ਅਰਸੇ ਵਿੱਚ ਬਾਈ ਅਸਮਾਨ ਹੀ ਬੁਲੰਦੀਆਂ ਛੋੜਾ ਪਿਆ ਜੀ ਵਾਹ ਜੀ ਮੈਂ ਸ਼ੱਕ ਆ ਕਰ ਅਸਮਾਨ ਨਹੀਂ ਪਾਣੀ ਲੁੱਟੇ ਵਾਹ ਜੀ ਵਾਹ ਥੈਂਕ ਯੂ